ਗੱਲ ਕਰ ਲੈਂਦੇ ਹਾਂ ਜੀ ਗੀਤਾਂ ਦੀ ਮਸ਼ੀਨ ਕਾਰਲ ਔਜਲਾ ਤੋਂ, ਜਿਨ੍ਹਾਂ ਦਾ ਗਾਣਾ ਸ਼ੀਸ਼ਾ ਯੂਟਿਊਬ ਉੱਤੋਂ ਡਿਲੀਟ ਹੋ ਚੁੱਕਿਆ ਹੈ। ਉਹਨਾਂ ਵੱਲੋਂ ਇੰਸਟਾ ਅਕਾਊਂਟ 'ਤੇ ਇੱਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਲਿਖਿਆ ਗਿਆ ਕਿ ਸ਼ੀਸ਼ਾ ਵਿਲ ਬੀ ਬੈਕ ਔਨ ਯੂਟਿਊਬ ਇਨ ਫੇਵਰਸ। ਸੋ ਦੋਸਤੋ, ਉਹਨਾਂ ਦਾ ਗਾਣਾ ਸ਼ੀਸ਼ਾ ਤੁਹਾਨੂੰ ਬਹੁਤ ਹੀ ਜਲਦੀ ਦੁਬਾਰਾ ਤੋਂ ਯੂਟਿਊਬ ਉੱਤੇ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਗੱਲ ਕਰ ਲੈਂਦੇ ਜੀ ਸਿੱਧੂ ਮੂਸੇਵਾਲਾ ਦੀ, ਜਿਨ੍ਹਾਂ ਦੇ ਦੋ ਗੀਤ ਹਾਲ ਹੀ ਵਿੱਚ ਯੂਟਿਊਬ ਉੱਤੋਂ ਕਾਪੀਰਾਈਟ ਕਲੇਮ ਦੇ ਕਾਰਨ ਡਿਲੀਟ ਕਰ ਦਿੱਤੇ ਗਏ ਸੀ। ਆਊਟਲਾ ਅਤੇ ਫੋਰਗੈਟ ਅਬਾਊਟ ਇਟ, ਇਹ ਦੋਨੋਂ ਹੀ ਗੀਤ ਤੁਹਾਨੂੰ ਦੁਬਾਰਾ ਤੋਂ ਜੱਟ ਲਾਈਫ ਸਟੂਡੀਓ ਤੋਂ ਦੇਖਣ ਨੂੰ ਮਿਲਣਗੇ। ਨਾਲ ਹੀ ਵਿੰਕ ਮਿਊਜ਼ਿਕ ਐਪ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਐਪਲੀਕੇਸ਼ਨ ਵਿੱਚ ਗੜਬੜੀ ਦੇ ਕਾਰਨ ਐਲਬਮ ਮੂਸਟਿਪ ਦਿਖਾਈ ਨਹੀਂ ਦੇ ਰਹੀ ਸੀ, ਹਾਲਾਂਕਿ ਅਸੀਂ ਇਸ ਨੂੰ ਹੁਣ ਬਹਾਲ ਕਰ ਦਿੱਤਾ ਹੈ ਅਤੇ ਤੁਸੀਂ ਇਸ ਨੂੰ ਹੁਣ ਬਿਨਾਂ ਕਿਸੇ ਰੁਕਾਵਟ ਤੋਂ ਵਿੰਕ ਮਿਊਜ਼ਿਕ ਐਪ 'ਤੇ ਸਟ੍ਰੀਮ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਵਿੰਕ ਮਿਊਜ਼ਿਕ ਐਪਲੀਕੇਸ਼ਨ ਨੇ ਸਿੱਧੂ ਮੂਸੇਵਾਲਾ ਦੇ 295 ਗੀਤ ਨੂੰ ਛੱਡ ਕੇ ਉਸ ਦੀ ਸਾਰੀ ਹੀ ਮੂਸਟਿਪ ਡਿਲੀਟ ਕਰ ਦਿੱਤੀ ਸੀ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਿੰਕ ਮਿਊਜ਼ਿਕ ਐਪ ਨੂੰ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਅਨਇੰਸਟਾਲ ਕਰ ਦਿੱਤਾ ਸੀ।